ਸਤਿ ਸ਼੍ਰੀ ਅਕਾਲ, ਮੈਂ ਸ਼ਮਿੰਦਰ ਸਿੰਘ ਅਤੇ ਤੁਸੀਂ ਦੇਖ ਰਹੇ ਹੋ CCA ਨਵਾਜ਼। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਕੁਝ ਖਾਸ ਸੁਰਖੀਆਂ 'ਤੇ। ਬਠਿੰਡਾ ਦੇ ਵਿੱਚ ਇੱਕ ਸਮੱਗਲਰ ਦੇ ਗੁਪਤ ਥਾਂ ਤੋਂ ਫੜੀਆਂ 74,000 ਤੋਂ ਵੱਧ ਨਸ਼ੀਲੀਆਂ ਗੋਲੀਆਂ। ਪੁਲਿਸ ਨੇ ਰਿਮਾਂਡ 'ਤੇ ਲਏ ਦੋਸ਼ੀ ਤੋਂ ਨਸ਼ਿਆਂ ਦਾ ਜ਼ਖੀਰਾ ਕੀਤਾ ਕਾਬੂ। ਗਿੱਦੜਵਾਹ ਨਜ਼ਦੀਕ ਇੱਕ ਸਿੱਖ ਸਰਦਾਰ ਦੀ ਦਸਤਾਰ ਨੇ ਨਹਿਰ 'ਚ ਡੁੱਬਦੇ ਨੌਜਵਾਨ ਦੀ ਬਚਾਈ ਜਾਨ। ਪੁਲਿਸ ਮਹਿਕਮੇ ਵਿੱਚ ਸੇਵਾ ਮੁਕਤ ਹੋਣ ਮਗਰੋਂ ਅੰਮ੍ਰਿਤਧਾਰੀ ਸਿੱਖ ਸਰਿਆਸੀ ਜਗਦੇਵ ਸਿੰਘ ਗੁਰਦਾਸਪੁਰ ਨੇੜੇ 85 ਸਾਲਾ ਔਰਤ ਨਾਲ ਜਬਰ ਜਨਾਹ ਮਗਰੋਂ ਹੱਤਿਆ। ਪੂਰਬੀ ਮਜ਼ਦੂਰ ਨੇ ਸ਼ਰਮਨਾਕ ਘਟਨਾ ਨੂੰ ਦਿੱਤਾ ਅੰਜਾਮ। ਅਤੇ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਰੋਟੀਆਂ ਪਿੱਛੇ ਹਵਾਲਾਤੀਆਂ ਵਿਚਕਾਰ ਖੂਨੀ ਝੜਪ, ਕਈ ਜ਼ਖਮੀ। ਅਤੇ ਹੁਣ ਵੱਧਦੇ ਹਾਂ ਵਿਸਥਾਰ ਵੱਲ। ਬਠਿੰਡਾ ਪੁਲਿਸ ਨੇ ਨਸ਼ੇ ਦੇ ਇੱਕ ਸਮੱਗਲਰ ਦੇ ਗੁਪਤ ਸਟੋਰ ਤੋਂ 74,000 ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਸ ਸਮੱਗਲਰ ਨੇ ਪੁਲਿਸ ਰਿਮਾਂਡ ਵੇਲੇ ਗੁਪਤ ਜ਼ਖੀਰੇ ਦਾ ਭੇਦ ਖੋਲ੍ਹਿਆ। SSP ਬਠਿੰਡਾ ਡਾਕਟਰ ਨਾਨਕ ਸਿੰਘ ਨੇ ਪੱਤਰਕਾਰਾਂ ਦੀ ਬੁਲਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬਠਿੰਡਾ ਪੁਲਿਸ ਨੇ ਬੀਤੀ 18 ਮਾਰਚ ਨੂੰ ਬਠਿੰਡਾ ਦੇ ਪਰਸਰਾਮ ਨਗਰ ਵਾਸੀ ਕੇਵਲ ਕ੍ਰਿਸ਼ਨ ਨਾਮੀ ਨਸ਼ੇ ਦੇ ਸਮੱਗਲਰ ਨੂੰ 1,000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਸੀ। ਉਹਨਾਂ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਜਦੋਂ ਉਸਦੀ ਤਫਤੀਸ਼ ਕੀਤੀ ਗਈ ਤਾਂ ਦੋਸ਼ੀ ਦੇ ਇੱਕ ਗੁਪਤ ਗੋਦਾਮ 'ਚੋਂ 74,100 ਨਸ਼ੀਲੀਆਂ ਗੋਲੀਆਂ ਹੋਰ ਬਰਾਮਦ ਕੀਤੀਆਂ। ਨਸ਼ੇ ਦੀ ਵੱਡੀ ਖੇਪ ਦਾ ਪਰਦਾਫਾਸ਼ ਬਠਿੰਡਾ CIA 1 ਅਤੇ ਥਾਣਾ ਕੋਤਵਾਲੀ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ ਕਾਰਵਾਈ ਦਾ ਸਿੱਟਾ ਹੈ। SSP ਨੇ ਦੱਸਿਆ ਕਿ ਦੋਸ਼ੀ ਦਾ ਮਾਣਯੋਗ ਅਦਾਲਤ 'ਤੇ ਪੁਲਿਸ ਰਿਮਾਂਡ ਹਾਸਲ ਕਰਕੇ ਸਪਲਾਈ ਰੂਟ ਅਤੇ ਸਪਲਾਈ ਕਰਨ ਵਾਲੇ ਅਪਰਾਧੀਆਂ ਸੰਬੰਧੀ ਜਾਣਕਾਰੀ ਲਈ ਜਾਵੇਗੀ। 31 ਨੰਬਰ FIR 18/19 ਦੀ ਕੋਤਵਾਲੀ ਥਾਣੇ 'ਚ, ਜਿਹਦੇ ਵਿੱਚ 1,000 ਗੋਲੀਆਂ ਰਿਕਵਰ ਹੋਈਆਂ ਸੀ ਜਸਵਿੰਦਰ ਕੁਮਾਰ ਨਾਮ ਦੇ ਬੰਦੇ ਤੋਂ। ਇਹਦੀ ਜਦੋਂ ਅਸੀਂ ਰਿਮਾਂਡ ਲਈ ਅਤੇ ਰਿਮਾਂਡ 'ਚ ਜਦੋਂ ਡਿਟੇਲ 'ਚ ਪੁੱਛਗਿੱਛ ਕੀਤੀ ਗਈ, ਇਹਨੇ ਦੱਸਿਆ ਕਿ ਇਹਦਾ ਇੱਕ ਇੱਥੇ ਗੋਡਾਊਨ ਹੈ। ਗੋਡਾਊਨ ਦੀ ਉਹ ਸਰਚ ਕੀਤੀ ਗਈ CIA ਦੀ ਟੀਮ ਅਤੇ ਕੋਤਵਾਲੀ ਥਾਣੇ ਦੀ ਟੀਮ ਵੱਲੋਂ। ਉੱਥੇ ਨੀਅਰਲੀ 74,000 ਟੈਬਲੇਟਸ ਹੋਰ ਰਿਕਵਰ ਹੋਈਆਂ, ਜਿਹਦਾ ਕਿ ਬ੍ਰੇਕਅਪ ਹੈ 56,000 ਕੁਛ ਹੈਗੀਆਂ ਟ੍ਰੈਮਾਡੋਲ ਦੀਆਂ ਅਤੇ 16,000 ਟੈਬਲੇਟਸ ਨੇ ਜਿਹੜੀਆਂ ਐਲਪ੍ਰਾਜ਼ੋਲਮ ਦੀਆਂ। ਇਹਦੇ 'ਤੇ ਪਹਿਲਾਂ 2 ਮੁਕੱਦਮੇ ਦਰਜ ਨੇ ਕੋਤਵਾਲੀ ਦੇ 2017 ਦੇ, ਜਿਹਦੇ 'ਚ ਇੱਕ 'ਚ 15,000 ਗੋਲੀ ਦੀ ਰਿਕਵਰੀ ਸੀ, ਇੱਕ 'ਚ 1,200 ਗੋਲੀਆਂ ਦੀ ਰਿਕਵਰੀ ਸੀ। ਉਹ ਦੋਵੇਂ ਅੰਡਰ ਟ੍ਰਾਇਲ ਨੇ, ਕੋਰਟ 'ਚ ਕੇਸ ਚੱਲ ਰਿਹਾ, ਉਹਨਾਂ ਦੋਵਾਂ 'ਚ ਇਹ ਬੇਲ 'ਤੇ ਸੀ। ਇਹ ਜਿਹੜਾ ਨਸ਼ਾ ਸੀ, ਜਿਹੜਾ ਹਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈ, ਕੋਰੀਅਰ ਦੇ ਥਰੂ ਆਉਂਦੀ ਸੀ। ਕੋਰੀਅਰ ਦੇ ਥਰੂ ਉਹ ਬੰਦਾ ਭੇਜਦਾ ਸੀ ਜਿਹੜਾ ਇਹਦਾ ਮੇਨ ਸਪਲਾਇਰ ਸੀ, ਮੇਨ ਸੋਰਸ ਸੀ, ਅਤੇ ਅੱਗੇ ਇੱਥੇ ਲੋਕਾਂ ਨੂੰ ਬਾਈ ਹੈਂਡ ਦਿੰਦਾ ਸੀ। ਉਹ ਬੰਦੇ ਅਸੀਂ ਨੋਮੀਨੇਟ ਕਰ ਰਹੇ ਹਾਂ ਜਿਨ੍ਹਾਂ ਨੂੰ ਵੀ ਇਸ ਅੱਗੇ ਸਪਲਾਈ ਕਰਦਾ ਸੀ ਅਤੇ ਜਿੱਥੋਂ ਇਹ ਲੈ ਕੇ ਆਉਂਦਾ ਸੀ ਦੋਵੇਂ ਪਾਸੇ ਫਾਰਵਰਡ ਅਤੇ ਬੈਕਵਰਡ ਲਿੰਕੇਜ ਇਸਟੈਬਲਿਸ਼ ਕਰ। ਬਠਿੰਡਾ ਤੋਂ ਯਸ਼ਪਾਲ ਦੀ ਰਿਪੋਰਟ। ਅਤੇ ਇੱਕ ਵਾਰ ਫਿਰ ਸਿੱਖ ਸਰਦਾਰਾਂ ਦੀ ਸ਼ਾਨ ਦਸਤਾਰ ਚਰਚਾ ਵਿੱਚ ਹੈ। ਸ਼੍ਰੀ ਮੁਕਤਸਰ ਸਾਹਿਬ ਨਜ਼ਦੀਕ ਨਹਿਰ ਵਿੱਚ ਡੁੱਬ ਰਹੇ ਨੌਜਵਾਨ ਨੂੰ ਇੱਕ ਸਿੱਖ ਨੇ ਆਪਣੀ ਪੱਗ ਦੀ ਸਹਾਇਤਾ ਨਾਲ ਬਚਾਇਆ। ਸ਼੍ਰੀ ਮੁਕਤਸਰ ਸਾਹਿਬ ਨਜ਼ਦੀਕ ਮਲੋੜ ਤੋਂ ਬਠਿੰਡਾ ਸੜਕ ਕੋਲ ਲੰਘਦੀ ਰਾਜਸਥਾਨ ਫੀਡਰ ਨਹਿਰ 'ਤੇ ਕਿਸੇ ਕਾਰਨ ਲੋਕਾਂ ਦਾ ਇਕੱਠ ਹੋਇਆ ਹੈ। ਅਸਲ ਵਿੱਚ ਇਸ ਨਹਿਰ ਵਿੱਚ ਇੱਕ ਨੌਜਵਾਨ ਡਿੱਗ ਪਿਆ। ਵਾਰ ਵਾਰ ਯਤਨ ਕਰਨ 'ਤੇ ਤੇਜ਼ ਰਫ਼ਤਾਰ ਪਾਣੀ ਉਸਨੂੰ ਵਹਾ ਕੇ ਲੈ ਗਿਆ। ਇਕੱਠ ਕੁਛ ਨਹੀਂ ਕਰ ਸਕਿਆ। ਪਤਾ ਲੱਗਣ 'ਤੇ ਇੱਕ ਅੰਮ੍ਰਿਤਧਾਰੀ ਸਿੱਖ ਨੇ ਝੱਟ ਆਪਣੀ ਦਸਤਾਰ ਲਾ ਕੇ ਡੁੱਬਦੇ ਨੌਜਵਾਨ ਵੱਲ ਸੁੱਟ ਕੇ ਉਸਦੀ ਜਾਨ ਬਚਾਈ। ਇਹ ਅੰਮ੍ਰਿਤਧਾਰੀ ਸਿੱਖ ਸਰਦਾਰ ਜਗਦੇਵ ਸਿੰਘ ਹਨ, ਜੋ ਪੁਲਿਸ ਮਹਿਕਮੇ ਵਿੱਚ ASI ਦੀ ਨੌਕਰੀ ਤੋਂ 31 ਅਗਸਤ 2018 ਨੂੰ ਸੇਵਾ ਮੁਕਤ ਹੋਏ। ਸਰਦਾਰ ਜੀ ਨੇ ਡੁੱਬਦੇ ਨੌਜਵਾਨ ਨੂੰ ਬਾਹਰ ਕੱਢਣ ਮਗਰੋਂ ਮੁੱਢਲੀ ਸਹਾਇਤਾ ਦੇ ਕੇ ਜਦੋਂ ਦੇਖਿਆ ਕਿ ਇਹ ਨੌਜਵਾਨ ਠੀਕ ਹੈ ਤਾਂ ਉਸਨੂੰ ਘਰ ਭੇਜਿਆ। ਜਦੋਂ ਪੱਤਰਕਾਰਾਂ ਨੇ ਸਰਦਾਰ ਜਗਦੇਵ ਸਿੰਘ ਤੋਂ ਪੁੱਛਿਆ ਕਿ ਉਹ ਇੱਕ ਨੌਜਵਾਨ ਦੀ ਜਾਨ ਬਚਾ ਕੇ ਕੀ ਮਹਿਸੂਸ ਕਰਦੇ ਹਨ ਤਾਂ ਉਹਨਾਂ ਬੜੇ ਹੀ ਨਿਮਰਤਾ ਨਾਲ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ। ਗੁਰਬਾਣੀ ਦਾ ਸ਼ਬਦ ਹੈ, ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ। ਬਸ ਉਹ ਸਾਹਿਬ ਨੇ, ਅਕਾਲ ਪੁਰਖ ਨੇ ਮੈਨੂੰ ਵਡਿਆਈ ਦੇਣੀ ਸੀ ਅਤੇ ਕੱਢਿਆ ਤਾਂ ਉਹਨਾਂ ਨੇ ਹੀ ਹੈ। ਜਗਦੇਵ ਸਿੰਘ ਅਤੇ ਪੱਗ ਦੀ ਸਭ ਸ਼ਲਾਘਾ ਕਰ ਰਹੇ ਹਨ। ਮਾਧ ਦਵਾਸ ਸਿੰਘ ਖਾਲਸਾ ਜੀ ਨੇ ਕਿਹਾ
ਕਿ ਸਰਦਾਰ ਜਗਦੇਵ ਸਿੰਘ ਦੀ ਪੱਗ ਅਤੇ ਬਹਾਦਰੀ ਦੀ ਸ਼ਲਾਘਾ ਕਰਨੀ ਬਣਦੀ ਹੈ। ਉਹਨਾਂ ਇਹ ਵੀ ਕਿਹਾ ਕਿ ਜਗਦੇਵ ਸਿੰਘ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਵੀ ਕਰਨਾ ਚਾਹੀਦਾ ਹੈ ਕਿਉਂਕਿ ਉਸ ਨੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਹੈ। ਜੀ, ਇੱਕ ਮਤਲਬ ਨੌਜਵਾਨ ਪਾਣੀ ਨਹਿਰ 'ਚ ਡੁੱਬ ਰਿਹਾ ਸੀ, ਉਹਦਾ ਮਤਲਬ ਕਿਤੇ ਤਾਂ ਸਿਰ ਬਾਹਰ ਆਉਂਦਾ ਸੀ ਪਾਣੀ ਤੋਂ ਅਤੇ ਕਿਤੇ ਥੱਲੇ, ਇਕੱਲਾ ਸਿਰ ਹੀ, ਬਾਕੀ ਤਾਂ ਸਾਰਾ ਡੁੱਬਿਆ ਹੋਇਆ ਸੀ ਅਤੇ ਥੋੜ੍ਹੇ ਥੋੜ੍ਹੇ ਹੱਥ ਕਿਤੇ ਬਾਹਰ ਕੱਢਦਾ ਸੀ ਅਤੇ ਅਸੀਂ, ਮੈਂ ਸਿਰ ਤੋਂ ਪੱਗ ਲਾਈ ਜਲਦੀ ਕੋਈ ਬਿਨਾਂ ਸੋਚੇ ਤੋਂ, ਮੈਂ ਕਿਹਾ ਵੀ ਜਾਨ ਬਚਾਈ ਗਈ ਦਸਤਾਰ ਦੀ ਕੋਈ ਗੱਲ ਨਹੀਂ, ਪਹਿਲਾਂ ਜਾਨ ਬਚਾਓ। ਫੜਾਈ ਪੱਗ ਜਾ ਕੇ ਮੈਂ ਨਹਿਰ 'ਚ ਉੱਤਰ ਗਿਆ, ਉੱਤਰ ਕੇ ਉਹਨਾਂ ਨੇ ਪੱਗ ਫੜ ਲਈ ਬਾਹਰ, ਮੇਰੇ ਨਾਲ ਦੇ ਸਾਥੀ ਖੜ੍ਹੇ ਸੀ, ਪੱਗ ਉੱਪਰ ਖਿੱਚ ਲਈ, ਜਾਨ ਬਚ ਗਈ ਉਹਦੀ ਬਾਹਰ, ਮਤਲਬ ਬਿਲਕੁਲ ਅਸੀਂ ਜਦੋਂ ਬਾਹਰ ਕੱਢ ਲਿਆ ਪਾਣੀ 'ਚੋਂ, ਬਾਹਰ ਲਿਆਂਦਾ ਪਰਡੀ 'ਤੇ, ਆਰਾਮ ਦੇ ਨਾਲ ਉਹਨੂੰ ਵਾਇਆ ਲਟਾਇਆ, ਜਦੋਂ ਸਹੀ ਹੋ ਗਿਆ ਉਹ ਤੁਰਨ ਫਿਰਨ ਲੱਗ ਪਿਆ, ਫਿਰ ਅਸੀਂ ਉਹਦੇ ਕੋਲ ਉੱਥੇ ਚੱਲੇ। ਗੁਰਬਾਣੀ ਦਾ ਸ਼ਬਦ ਹੈ, ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ, ਬਸ ਉਹ ਸਾਹਿਬ ਨੇ, ਅਕਾਲ ਪੁਰਖ ਨੇ ਮੈਨੂੰ ਵਡਿਆਈ ਦੇਣੀ ਸੀ ਅਤੇ ਕੱਢਿਆ ਤਾਂ ਉਹਨਾਂ ਨੇ ਹੀ ਹੈ, ਮਤਲਬ ਇੱਕ ਮੈਨੂੰ ਤਾਂ ਇੱਕ ਜ਼ਰੀਆ ਜਿਹਾ ਬਣਾ ਲਿਆ ਦਾਸ ਨੂੰ ਤਾਂ, ਅਤੇ ਬਸ ਉਹਨਾਂ ਨੇ ਵਡਿਆਈ ਮੈਨੂੰ ਦੇਣੀ ਸੀ ਅਤੇ ਪਰ ਕੀਤਾ ਜਿਹੜਾ ਕੰਮ ਹੈ ਇਹ ਅਕਾਲ ਪੁਰਖ ਨੇ ਹੀ ਹੈ ਉਹਨੂੰ ਬਚਾਉਣ ਦਾ। ਮੈਂ ਕਹਿਣਾ ਜੀ, ਗੁਰਬਾਣੀ ਦਾ ਪ੍ਰਮਾਣ ਹੈ ਕਿ ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਅੱਜ ਜੋ ਜਗਦੇਵ ਸਿੰਘ ਜੀ ਦੀ ਆਪਾਂ ਗੱਲ ਕਰ ਰਹੇ ਹਾਂ, ਜਗਦੇਵ ਸਿੰਘ ਜੀ ਨੇ ਜੋ ਵਿਲੱਖਣ ਕਾਰਜ ਕੀਤਾ ਉਹ ਸਿੱਖ ਕੌਮ ਦਾ ਉਹਨਾਂ ਨੇ ਸਿਰ ਜਿਹੜਾ ਬਹੁਤ ਉੱਚਾ ਕੀਤਾ, ਬੜੇ ਮਾਣਸ ਵਾਲੀ ਗੱਲ ਹੈ। ਜਿੱਥੇ ਸਿੱਖ ਕੌਮ ਦਾ ਸਿਰ ਉੱਚਾ ਹਮੇਸ਼ਾ ਹੀ ਸਿੱਖਾਂ ਨੇ ਰੱਖਿਆ, ਉੱਥੇ ਉਹਨਾਂ ਨੇ ਅੱਜ ਬੜੇ ਮਾਣ ਵਾਲੀ ਇਹ ਗੱਲ ਕੀਤੀ ਕਿ ਆਪਣੀ ਦਸਤਾਰ ਉਤਾਰ ਕੇ ਇਸ ਦਸਤਾਰ ਦਾ ਸਹੀ ਫਰਜ਼ ਨਿਭਾਉਂਦਿਆਂ ਇੱਕ ਇਨਸਾਨ ਦੀ ਜਾਨ ਬਚਾਈ। ਆਪਾਂ ਜੇ ਗੱਲ ਕਰੀਏ, ਸਿੱਖ ਕੌਮ ਹਮੇਸ਼ਾ ਹੀ ਤਤਪਰ ਰਹਿੰਦੀ ਹੈ, ਭਾਵੇਂ ਦੱਬੇ ਕੁਚਲੇ ਮਜ਼ਲੂਮ ਲੋਕ ਹੋਣ, ਭਾਵੇਂ ਹੜ੍ਹ ਪੀੜਤ ਹੋਣ, ਕਿਤੇ ਵੀ ਹੋਣ, ਜਾ ਕੇ ਲੰਗਰ ਲਾਉਣਾ ਹੋਵੇ, ਭਾਵੇਂ ਕਿਸੇ ਦੀ ਜਾਨ ਬਚਾਉਣੀ ਹੋਵੇ, ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਹੋਵੇ ਕਿਸੇ ਸਿੱਖ ਆਮ ਕੌਮ ਦੇ ਉੱਪਰ, ਕਿਸੇ ਕੌਮ ਦੇ ਉੱਪਰ ਵੀ, ਤਾਂ ਸਿੱਖ ਕੌਮ ਹਮੇਸ਼ਾ ਅੱਗੇ ਹੋ ਕੇ ਮਜ਼ਲੂਮਾਂ ਦੀ ਰਾਖੀ ਕਰਦੀ ਆਈ ਹੈ। ਅਤੇ ਦਸਤਾਰ ਦੀ ਜੇ ਆਪਾਂ ਗੱਲ ਕਰੀਏ ਤਾਂ ਦਸਤਾਰ ਇੱਕ ਸਾਡੇ ਸਿਰ ਦਾ ਤਾਜ ਹੈ, ਸਿੱਖ ਕੌਮ ਦੀ ਜੋ ਲੋਗੋ ਹੈ, ਮਹਾਰਾਜ ਪਾਤਸ਼ਾਹ ਦੀ ਬਖਸ਼ੀ ਹੋਈ ਦਾਤ ਹੈ। ਗਿੱਦੜਬਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ। ਗੁਰਦਾਸਪੁਰ ਨਜ਼ਦੀਕ ਇੱਕ ਪਿੰਡ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਜੁਰਮ ਸਾਹਮਣੇ ਆਇਆ ਹੈ। ਪ੍ਰਵਾਸੀ ਮਜ਼ਦੂਰ ਨੇ ਇੱਕ ਬਜ਼ੁਰਗ ਮਹਿਲਾ ਨਾਲ ਜਬਰ ਜਨਾਹ ਕਰਨ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ। ਪ੍ਰਵਾਸੀ ਮਜ਼ਦੂਰ ਦੀ ਦਰਿੰਦਗੀ ਉਸ ਵੇਲੇ ਸਾਹਮਣੇ ਆਈ ਜਦੋਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਹਰਚੰਦਾ ਵਿੱਚ ਉਹਨਾਂ ਇੱਕ 85 ਸਾਲ ਦੀ ਬਜ਼ੁਰਗ ਔਰਤ ਨਾਲ ਜਬਰ ਜਨਾਹ ਕੀਤਾ ਅਤੇ ਫਿਰ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੇ ਪੁੱਤਰ ਸੋਹਣ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਗੁਰਦੀਪ ਕੌਰ ਘਰ ਵਿੱਚ ਇਕੱਲੀ ਰਹਿੰਦੀ ਸੀ। ਜਦੋਂ ਉਸਨੇ ਸਵੇਰੇ 9 ਵਜੇ ਆ ਕੇ ਵੇਖਿਆ ਤਾਂ ਪ੍ਰਵਾਸੀ ਮਜ਼ਦੂਰਾਂ ਦੀ ਸ਼ਰਮਨਾਕ ਘਟਨਾ ਬਾਰੇ ਪਤਾ ਲੱਗਿਆ। ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਦਰਿੰਦੇ ਨੇ ਆਪਣੀ ਕਰਤੂਤ ਛੁਪਾਉਣ ਲਈ ਜਬਰ ਜਨਾਹ ਮਗਰੋਂ 85 ਸਾਲਾ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਜ਼ੁਰਗ ਔਰਤ 84 ਸਾਲ ਉਮਰ ਦੀ, ਗੁਰਦੀਪ ਕੌਰ, ਅਤੇ ਉਹਦਾ ਗਲਾ ਘੁੱਟ ਕੇ ਰੇਪ ਕਰਕੇ ਅਤੇ ਉਹਨੂੰ ਬਈਏ ਲੱਗੇ ਰਹਿੰਦੇ ਸੀ। ਬਈਆਂ ਨੇ ਸ਼ਰਾਬ ਪੀ ਕੇ ਅਤੇ ਰਾਤ ਦੇ ਕੰਮ ਕਰਦੇ, ਉਹ ਅਰੈਸਟ ਕਰ ਲਿਆ ਬਈਏ ਨੇ, ਪਰਚਾ ਦੇ ਕੇ ਅਤੇ ਅਦਾਲਤ ਪੇਸ ਕੀਤਾ ਜੀ। ਰਹਿੰਦੇ ਆ ਅਤੇ 10 ਜਣੇ ਇਕੱਠੇ, ਵਿੱਚੋਂ ਇੱਕ ਜਣਾ ਜਿਹੜੇ ਕੀਤਾ ਕਰ, ਨਾ ਗੁਰਦੀਪ ਕੌਰ ਸੀਗਾ, 84 ਸਾਲਿਆਂ ਦੀ ਉਮਰ ਸੀ ਭਾਈ। ਬੀਤੀ ਰਾਤ ਸਾਡੇ ਗੁਆਂਢ ਬਈਏ ਰਹਿੰਦੇ ਸੀ, ਬਈਆਂ ਨੇ ਨਾਲੇ ਤਾਂ ਰੇਪ ਕਰਨ ਦੀ ਕੋਸ਼ਿਸ਼ ਕੀਤੀ, ਨਾਲੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾਲੇ ਗਲਾ ਘੁੱਟ ਕੇ ਇਹਨਾਂ ਨੂੰ ਮਾਰ ਦਿੱਤਾ। ਮਾਰਨ ਤੋਂ ਬਾਅਦ 'ਚ ਸਵੇਰੇ ਸਾਨੂੰ ਪਤਾ ਜਦੋਂ ਲੱਗਾ, ਆਪਾਂ ਪੁਲਿਸ ਨੂੰ ਤਲਾਹ ਦਿੱਤੀ, ਪੁਲਿਸ ਨੇ ਆਪਣੀ ਕਾਰਵਾਈ ਕੀਤੀ, ਠੀਕ ਹੈ ਜੀ। ਬਈਆਂ ਇਹਨਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ।
ਅਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਰਹਿੰਦੇ ਆ ਉਹਨਾਂ 'ਤੇ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ। ਜਿਹੜੇ ਅੱਗੇ ਲਾਗੇ ਸਾਗੇ ਰਹਿੰਦੇ ਆ ਉਹਨਾਂ ਦੀ ਵੀ ਪੁੱਛਗਿੱਛ ਹੋਣੀ ਚਾਹੀਦੀ ਆ, ਕਿਉਂਕਿ ਕੱਲ੍ਹ ਨੂੰ ਕਿਸੇ ਦੀਆਂ ਮੁੜ ਕੇ ਧੀਆਂ ਭੈਣਾਂ ਜਾਂ ਕਿਸੇ ਨੂੰ ਇਹ ਪ੍ਰੋਬਲਮ ਨਾ ਆਵੇ। ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ ਦੀ ਰਿਪੋਰਟ। ਫਿਰੋਜ਼ਪੁਰ ਦੀ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਦੀ ਰੋਟੀ ਨੂੰ ਲੈ ਕੇ ਹੋਈ ਖੂਨੀ ਝੜਪ ਵਿੱਚ 6 ਲੋਕ ਜ਼ਖਮੀ ਹੋ ਗਏ। ਜ਼ਖਮੀ ਇੱਕ ਹਵਾਲਾਤੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਫਿਲਮਾਂ ਵਿੱਚ ਤਾਂ ਜੇਲ੍ਹ ਅੰਦਰ ਰੋਟੀਆਂ ਨੂੰ ਲੈ ਕੇ ਲੜਾਈ ਹੁੰਦੀ ਦੇਖੀ ਗਈ ਸੀ, ਪਰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਰੋਟੀਆਂ ਨੂੰ ਲੈ ਕੇ ਹਵਾਲਾਤੀਆਂ ਵਿੱਚ ਜੰਮ ਕੇ ਲੜਾਈ ਹੋਈ। ਹਵਾਲਾਤੀਆਂ ਨੇ ਦੱਸਿਆ ਕਿ ਉਹਨਾਂ ਨੂੰ ਖਾਣ ਲਈ ਘੱਟ ਰੋਟੀਆਂ ਦਿੱਤੀਆਂ ਜਾਂਦੀਆਂ ਹਨ। ਰੋਟੀ ਪਿੱਛੇ ਹੋਈ ਖੂਨੀ ਝੜਪ ਵਿੱਚ ਜ਼ਖਮੀ ਹਵਾਲਾਤੀ ਬਲਵੀਰ ਸਿੰਘ ਨੂੰ ਜੇਲ੍ਹ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜ਼ਖਮੀ ਕੈਦੀਆਂ ਦਾ ਕਹਿਣਾ ਹੈ ਕਿ ਇਹ ਲੜਾਈ ਬੈਰਕ ਨੰਬਰ 6 ਵਿੱਚ ਬੰਦ ਹਵਾਲਾਤੀਆਂ ਵਿਚਕਾਰ ਹੋਈ। ਉਹਨਾਂ ਇਹ ਵੀ ਦੱਸਿਆ ਕਿ ਜੇਲ੍ਹ ਵਿੱਚ ਰੋਟੀਆਂ ਘੱਟ ਮਿਲਣ ਕਾਰਨ ਰੋਟੀ ਇੱਕ ਦੂਸਰੇ ਤੋਂ ਖੂਨ ਨੂੰ ਲੈ ਕੇ ਇਹ ਖੂਨ ਖਰਾਬਾ ਹੋਇਆ। ਸਿਵਲ ਹਸਪਤਾਲ ਦੇ ਡਾਕਟਰ ਨਵਜੋਤ ਕੌਰ ਨੇ ਦੱਸਿਆ ਕਿ ਮਰੀਜ਼ ਦਾ ਇਲਾਜ ਜਾਰੀ ਹੈ। SPD ਫਿਰੋਜ਼ਪੁਰ ਬਲਜੀਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਦੀ ਰੋਟੀ ਪਿੱਛੇ ਲੜਾਈ ਦੀ ਜਾਂਚ ਕੀਤੀ ਜਾ ਰਹੀ ਹੈ। ਦੇਖੀਏ ਜੀ, ਉਹਦਾ ਨਾਂ ਸੀਗਾ ਬਲਬੀਰ ਸਿੰਘ, ਠੀਕ ਹੈ, ਸਨ ਆਫ ਪੰਜਾ ਸਿੰਘ, ਐਂਡ ਉਹ ਕੱਲ੍ਹ ਆਇਆ ਸੀਗਾ ਸ਼ਾਮ ਨੂੰ, ਅਤੇ ਡਾਕਟਰ ਅਪਨੀਤ ਹੈਗੇ ਆਪਣੇ ਇੱਥੇ, ਉਹਨਾਂ ਨੇ ਉਹਦਾ MLC ਕੱਟਿਆ ਹੈਗਾ ਅਤੇ ਹੁਣ ਐਡਮਿਟ ਹੈਗਾ ਸਰਜੀਕਲ ਵਾਰਡ ਵਿੱਚ। ਹਾਂ, ਜੇਲ੍ਹ ਵਿੱਚ ਡਾਕਟਰ ਹੁੰਦੇ ਆ, ਅਗਰ ਕੋਈ ਜ਼ਿਆਦਾ ਸੱਟਾਂ ਲੱਗੀਆਂ ਹੋਣ ਤਾਂ ਸਿਵਲ ਹੋਸਪਿਟਲ ਰੈਫਰ ਕਰਦੇ ਆ। ਗੱਲ ਇਸ ਤਰ੍ਹਾਂ ਸੀਗੀ, 2-3 ਦਿਨ ਰੋਟੀ ਸਾਨੂੰ ਘੱਟ ਮਿਲਦੀ ਸੀਗੀ, ਅਤੇ ਤੜਕੇ ਰੋਟੀ ਆਈ ਅਤੇ ਰੋਟੀ ਲੈਣਾ ਸੀ ਬੰਦਾ ਭੇਜਿਆ, ਅਤੇ ਬਾਕੀ ਰੋਟੀ ਆਪਣੀ ਚੱਕ ਰਹੇ ਸੀਗੇ ਸਭ, ਅਤੇ ਸਾਡੇ ਬੰਦੇ ਨੂੰ ਕਹਿੰਦੇ ਵੀ ਰੋਟੀ ਹੱਥ ਧੋ ਕੇ ਚੱਕ, ਵੀ ਡੇਲੀ ਸਾਨੂੰ ਰੋਟੀ ਘੱਟ ਜਾਂਦੀ ਹੈ। ਅਤੇ ਉਸ ਤੋਂ ਬਾਅਦ ਦੂਜਾ ਮੁੰਡਾ ਸਾਡਾ ਗਿਆ ਜੀ ਰੋਟੀ ਲੈਣ, ਉਹਨੂੰ ਕਹਿੰਦੇ ਵੀ ਕਿਹਦੀ ਹਿੰਮਤ ਹੈਗੀ ਹੈ ਵੀ ਰੋਟੀ ਨੂੰ ਹੱਥ ਲਾ ਕੇ ਵਿਖਾਵੇ। ਉਸ ਤੋਂ ਬਾਅਦ ਮੈਂ ਉੱਠਿਆ, ਮੈਂ ਰੋਟੀ ਚੱਕਣ ਲੱਗਿਆ, ਉਸ ਤੋਂ ਬਾਅਦ 3 ਮੁੰਡੇ ਮੇਰੇ ਗਲ ਪਏ ਆ, ਸੋਨੂੰ ਬਖਸ਼ੀਸ਼ ਦਾ, ਸੁਨੀਲ ਬੋਵੀ ਅਤੇ ਇੱਕ ਕੁਲਵਿੰਦਰ ਮੁੰਡਾ ਜੀ। ਇਹ 3 ਜਿਨ੍ਹਾਂ ਨੇ ਮੈਨੂੰ ਵੀ ਫੜ ਕੇ ਜਿਹੜੀ ਥਹੀ ਬਣੀ ਸੀ ਉਹਦੇ ਪਿਛਲੇ ਪਾਸੇ ਮੈਨੂੰ ਸੱਟਿਆ, ਪਿਛਲੇ ਪਾਸੇ ਮੇਰੇ ਸੱਟ ਲੱਗੀ ਹੈ ਜੀ, ਟਾਂਕੇ ਲੱਗੇ ਆ, ਮੇਰਾ ਸਿਰ ਪਾਟ ਗਿਆ। ਉਸ ਤੋਂ ਬਾਅਦ ਚੱਕਰ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ। ਉਸ ਤੋਂ ਬਾਅਦ ਸੁਪਰੀਡੈਂਟ ਨੂੰ ਸਵਾਲ ਕੀਤਾ ਅਤੇ ਉਹਨਾਂ ਨੇ ਫਿਰ ਐਡਮਿਟ ਇੱਥੇ ਬਾਹਰ ਕੀਤਾ ਅਤੇ ਮੰਨ ਲਿਆ ਕਾਰਵਾਈ। ਹਾਂਜੀ, ਰੋਟੀ ਕਰਨੀ ਹੋਈ ਜੀ। ਇਸਮੇ ਇੱਕ ਹਵਾਲਾਤੀ ਥਾ ਬਲਵੀਰ ਸਿੰਘ, ਇਨਕੀ ਆਪਸ ਮੇਂ ਕੋਈ ਲੜਾਈ ਝਗੜਾ ਹੁਆ ਜੇਲ੍ਹ ਮੇਂ, ਤੋ ਵੋ ਵਹਾਂ ਸੇ ਰੈਫਰ ਹੋ ਕੇ ਜੇਲ੍ਹ ਮੇਂ ਸੇ ਸਿਵਲ ਹੋਸਪਿਟਲ ਮੇਂ ਐਡਮਿਟ ਹੁਆ। ਤੋ ਅਭੀ ਹਮ ਜੋ ਹਮਾਰਾ ਇਨਵੈਸਟੀਗੇਟਿੰਗ ਆਫਿਸਰ ਹੈ ਵਹਾਂ ਭੇਜ ਰਹੇ ਹੈ, ਵਹਾਂ ਪੇ ਉਸਕੀ ਜੋ ਉਸਕੀ ਸਟੇਟਮੈਂਟ ਹੋਗੀ ਉਸਕੇ ਹਿਸਾਬ ਸੇ ਜੋ ਕਾਨੂੰਨੀ ਕਾਰਵਾਈ ਬਣਤੀ ਹੋਗੀ ਵੋ ਅਮਲ ਮੇਂ ਲਾਈ ਜਾਏਗੀ। ਫਿਰੋਜ਼ਪੁਰ ਤੋਂ ਜਗਦੀਸ਼ ਕੁਮਾਰ ਦੀ ਰਿਪੋਰਟ। ਬਠਿੰਡਾ ਵਿੱਚ ਗੁਰੂ ਨਾਨਕ ਦੇਵ ਖਾਲਸਾ ਕਾਲਜ ਵੱਲੋਂ ਸ਼ਹਿਰ ਦੀਆਂ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਦੇ ਹੋਲੀ ਮੌਕੇ ਵਿਸ਼ੇਸ਼ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ। ਗੁਰੂ ਨਾਨਕ ਦੇਵ ਖਾਲਸਾ ਕਾਲਜ ਬਠਿੰਡਾ ਨੇ ਆਪਣੇ ਕਾਲਜ ਵਿੱਚ ਸ਼ਹਿਰ ਦੀਆਂ ਵੱਖ ਵੱਖ ਵਿੱਦਿਅਕ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੇ ਸੱਭਿਆਚਾਰਕ ਮੁਕਾਬਲੇ ਕਰਵਾਏ। ਇਸ ਮੌਕੇ ਵਿਦਿਆਰਥੀਆਂ ਨੇ ਹੋਲੀ ਦੇ ਗੀਤਾਂ ਅਤੇ ਨਾਚ, ਗਿੱਧਾ, ਭੰਗੜਾ ਆਦਿ ਵੱਖ ਵੱਖ ਆਈਟਮਾਂ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਇਆ। ਕਾਲਜ ਦੇ ਵਿਦਿਆਰਥੀਆਂ ਨੇ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ ਰੰਗਾਂ ਵਾਂਗ ਖੂਬਸੂਰਤ ਢੰਗ ਨਾਲ ਬਤੀਤ ਕਰਨੀ ਚਾਹੀਦੀ ਹੈ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਨੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਸਕੂਲ ਦੇ ਸਟਾਫ ਨੂੰ ਹੋਲੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਉਹ ਸਭ ਤਿਉਹਾਰਾਂ ਨੂੰ ਰਲ ਮਿਲ ਕੇ ਮਨਾਉਣ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ।
ਅੱਜ ਅਸੀਂ ਆਪਦੇ ਵਿਹੜੇ 'ਚ ਇੱਕ ਹੋਲੀ ਦਾ ਤਿਉਹਾਰ ਮਨਾਉਣ ਵਾਸਤੇ ਇਕੱਠੇ ਹੋਏ ਹਾਂ ਸਾਰੇ, ਅਤੇ ਹੋਲੀ ਜਿਹੜਾ ਉਹ ਰੰਗਾਂ ਦਾ ਤਿਉਹਾਰ ਹੈ, ਤਾਂ ਅਸੀਂ ਚਾਹੁੰਦੇ ਸੀ ਕਿ ਅੱਜ ਇੱਕ ਰੰਗਾਰੰਗ ਕਾਰਿਆਕ੍ਰਮ ਰੱਖਿਆ ਜਾਵੇ ਜਿਹਦੇ 'ਚ ਬੱਚੇ ਰੰਗਾਰੰਗ ਕਾਰਿਆਕ੍ਰਮ ਤਾਂ ਪੇਸ਼ ਕਰਨ, ਨਾਲ ਰੰਗਾਂ ਨਾਲ ਖੇਡ ਕੇ ਅਤੇ ਰੰਗੀਨ ਆਪਦੀ ਜ਼ਿੰਦਗੀ ਕੱਢ ਲੈਣ। ਤਾਂ ਹੀ ਅਸੀਂ ਅੱਜ ਇੱਕ ਤਿਉਹਾਰ ਇੱਥੇ ਮਨਾਉਣ ਜਾ ਰਹੇ ਹਾਂ, ਮਨਾਇਆ ਜਾ ਰਿਹਾ। ਅਤੇ ਉਹਦੇ ਇਲਾਵਾ ਜਿਹੜੇ ਅਸੀਂ ਕੁਝ ਕੰਪੀਟੀਸ਼ਨ ਵੀ ਇੱਥੇ ਰੱਖੇ ਸੀ, 7 ਕੰਪੀਟੀਸ਼ਨ ਸੀ ਜਿਨ੍ਹਾਂ 'ਚ ਬੱਚਿਆਂ ਨੇ ਆਪਦੀ ਪ੍ਰਤਿਭਾ ਦਿਖਾਈ ਅਤੇ ਇਨਾਮ ਲਿੱਤੇ। ਜਿਹੜੇ ਅੱਜ ਦੇ ਸਾਡੇ ਮੁੱਖ ਮਹਿਮਾਨ ਨੇ ਇੱਥੇ, ਉਹ ਡੀਸੀ ਸਰ ਦੀ ਵਾਈਫ ਨੇ ਜਿਹੜੇ ਅਨੀਤਾ ਭਾਰਦਵਾਜ, ਮੈਡਮ ਅਨੀਤਾ ਭਾਰਦਵਾਜ ਉਹ ਸਾਡੇ ਵਿੱਚ ਪਹੁੰਚੇ ਨੇ, ਅਤੇ ਜੱਜ ਦੀ ਭੂਮਿਕਾ ਜਿਹੜੇ ਨੇ ਮੈਡਮ ਸੁਖਦੀਪ ਕੌਰ DAV ਕਾਲਜ ਤੋਂ ਉਹ ਨਿਭਾ ਰਹੇ ਨੇ। ਅੱਜ ਆਪਣੇ ਕਾਲਜ ਹੋਲੀ ਦੀ ਪਰਫੋਰਮੈਂਸ ਲਈ ਜਿੰਦੂਆ ਡਾਂਸ ਪਰਫੋਰਮ ਕੀਤਾ ਹੈ, ਅਤੇ ਸਾਡੀ ਪਰਫੋਰਮੈਂਸ ਹੈ, ਹੁਣ ਅਸੀਂ ਪਰਫੋਰਮ ਕਰਨ ਜਾ ਰਹੇ ਹਾਂ। ਆਪਣੀ ਪਰਫੋਰਮੈਂਸ ਦੇ ਰਹੀ ਹਾਂ, ਜੇਂਦੂ ਆਪਾਂ ਕਰ ਰਹੇ ਹਾਂ ਅਸੀਂ, ਹੁਣ ਨੈਕਸਟ ਸਾਡਾ ਪਰਫੋਰਮੈਂਸ ਹੈ, ਅਤੇ ਬਹੁਤ ਐਕਸਾਈਟਮੈਂਟ ਹੋ ਰਹੀ ਹੈ ਸਾਨੂੰ ਆਪਣੇ ਪਰਫੋਰਮੈਂਸ ਨੂੰ ਲੈ ਕੇ, ਅਸੀਂ ਬਹੁਤ ਇੰਜੋਏ ਕਰ ਰਹੇ ਹਾਂ। ਸਾਡੇ ਕਾਲਜ ਸਾਡੇ ਮੈਮ ਨੇ ਫੰਕਸ਼ਨ ਰੱਖਿਆ। ਮੈਂ ਸਾਰਿਆਂ ਨੂੰ ਐਵੇਂ ਕਹਿਣਾ ਚਾਹੁੰਦੀ ਹਾਂ ਵੀ ਮਤਲਬ ਤੁਸੀਂ ਆਪਣੀ ਲਾਈਫ ਨੂੰ ਇੰਜੋਏ ਕਰੋ, ਜਿਵੇਂ ਮਤਲਬ ਜਿਵੇਂ ਤਰ੍ਹਾਂ ਦੇ ਰੰਗ ਹੁੰਦੇ ਨੇ, ਤੁਸੀਂ ਆਪਣੀ ਲਾਈਫ ਨੂੰ ਰੰਗੀਨ ਬਣਾ ਕੇ ਰੱਖੋ। ਬਠਿੰਡਾ ਤੋਂ ਯਸ਼ਪਾਲ ਦੀ ਰਿਪੋਰਟ। ਪੰਜਾਬ ਵਿੱਚ ਨਸ਼ੇ ਦੀ ਵੱਧ ਰਹੀ ਸਮਗਲਿੰਗ ਨੂੰ ਨੱਥ ਪਾਉਣ ਲਈ STF ਜਲੰਧਰ ਵਿੱਚ ਪੁਲਿਸ ਨੂੰ ਸਿਖਲਾਈ ਦਿੱਤੀ ਗਈ। ਇਸ ਮੌਕੇ ਅਧਿਕਾਰੀਆਂ ਨੇ ਕਾਨੂੰਨੀ ਨੁਕਤਿਆਂ ਤੋਂ ਵੀ ਪੁਲਿਸ ਨੂੰ ਜਾਣੂ ਕਰਵਾਇਆ। STF ਭਾਵ ਸਪੈਸ਼ਲ ਟਾਸਕ ਫੋਰਸ ਨੇ ਪੰਜਾਬ ਵਿੱਚ ਨਸ਼ਿਆਂ ਦੇ ਸਮਗਲਰਾਂ ਨੂੰ ਨੱਥ ਪਾਉਣ ਲਈ ਜਲੰਧਰ ਦੇ PAP ਕੈਂਪਸ ਵਿੱਚ ਪੁਲਿਸ ਨੂੰ ਸਿਖਲਾਈ ਦਿੱਤੀ। ਫੋਰਸ ਦੇ ਅਧਿਕਾਰੀ ਗੁਰਪ੍ਰੀਤ ਸਿੰਘ ਦਿਓ ਨੇ ਦੱਸਿਆ ਕਿ ਪਿਛਲੇ 2 ਸਾਲਾਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਯਤਨ ਕੀਤੇ, ਪਰ ਅਜੇ ਤੱਕ ਇਹ ਯਤਨ ਸਫਲ ਨਹੀਂ ਹੋਏ। ਇਸ ਦਾ ਇੱਕ ਕਾਰਨ ਇਹ ਹੈ ਕਿ ਫੜੇ ਗਏ ਅਪਰਾਧੀ ਜ਼ਮਾਨਤ ਲੈ ਕੇ ਫਿਰ ਬਲੈਕ ਸ਼ੁਰੂ ਕਰ ਦਿੰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੂੰ NDPS ਕਾਨੂੰਨ ਬਾਰੇ ਸਾਰੀ ਜਾਣਕਾਰੀ ਜ਼ਰੂਰੀ ਹੈ ਤਾਂ ਕਿ ਸਮਗਲਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਹੋਣ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਹੈਰੋਇਨ ਦੇ 143 ਅਪਰਾਧੀਆਂ ਵਿੱਚੋਂ 90% ਜੇਲ੍ਹ ਦੀਆਂ ਸਲਾਖਾਂ ਪਿੱਛੇ ਹਨ। ਸਾਰੇ ਸਟੇਟ ਤੋਂ ਪੁਲਿਸ ਆਫਿਸਰਸ ਬੁਲਾਏ ਹੈ ਜੋ ਕਿ ਡਰੱਗ ਕੇਸਿਸ ਨੂੰ ਡੀਲ ਕਰਦੇ ਆ। ਅਸੀਂ ਦੇਖਿਆ ਕਿ NDPS ਐਕਟ ਬੜਾ ਹਾਈਲੀ ਟੈਕਨੀਕਲ ਐਕਟ ਹੈ, ਔਰ ਉਹਦੇ ਵਿੱਚ ਅਗਰ ਕੋਈ ਵੀ ਕਮੀ ਪੇਸ਼ੀ ਰਹਿ ਜਾਂਦੀ ਹੈ ਔਰ ਤਾਂ ਫਿਰ ਐਕਵਿਟਲ ਦੇ ਚਾਂਸਿਸ ਹਾਈ ਹੋ ਜਾਂਦੇ ਆ। ਅਸੀਂ ਚਾਹੁੰਦੇ ਹਾਂ, ਤੁਸੀਂ ਜਾਣਦੇ ਹੋ ਕਿ ਪੰਜਾਬ ਗਵਰਨਮੈਂਟ ਨੇ ਜਿਹੜਾ ਸ਼ੁਰੂ ਕੀਤਾ ਹੈ ਇਹ STF, ਉਹ 2 ਸਾਲ ਤੋਂ ਇੱਕ ਸਟ੍ਰੈਟਜੀ ਤਹਿਤ ਕੰਮ ਕਰ ਰਿਹਾ ਹੈ ਕਿ ਇਨਫੋਰਸਮੈਂਟ ਡੀ ਐਡਿਕਸ਼ਨ ਔਰ ਪ੍ਰੀਵੈਂਸ਼ਨ। ਸੋ ਜੋ ਇਨਫੋਰਸਮੈਂਟ ਦਾ ਜ਼ਿੰਮਾ ਪੰਜਾਬ ਪੁਲਿਸ ਨੂੰ ਮਿਲਿਆ ਔਰ STF ਉਹਦਾ ਮੇਨ ਜਿਹੜਾ ਸਤੰਭ ਹੈ, ਸੋ ਇਸ ਕਰਕੇ ਜਿਹੜਾ ਇਹ ਜਿਹੜੀ ਇਹੋ ਜਿਹੀ ਟ੍ਰੇਨਿੰਗ ਹੈ, ਇਹਦਾ ਮੰਤਵ ਇਹ ਹੈ ਕਿ ਜਿਹੜੇ IOs ਹੈ ਉਹਨਾਂ ਨੂੰ ਜਿਹੜੀ ਟੈਕਨੀਕਲ ਪ੍ਰੋਵੀਜ਼ਨਸ ਹੈ ਕਿ ਰੈਂਕ ਕੀ ਹੋਣਾ ਚਾਹੀਦਾ ਇਨਵੈਸਟੀਗੇਟਿੰਗ ਆਫਿਸਰ ਦਾ, ਜਾਂ ਕੋਈ ਸਰਚ ਕੰਡਕਟ ਕਰਨੀ ਹੈ ਤਾਂ ਉਹ ਗੈਜ਼ਟਿਡ ਆਫਿਸਰ ਦੀ ਪ੍ਰੈਜੈਂਸ ਵਿੱਚ ਹੋਣੀ ਚਾਹੀਦੀ ਹੈ। ਇਹੋ ਜਿਹੀ ਜਿਹੜੀ ਤਕਨੀਕੀਆਂ ਔਰ ਬਾਰੀਕੀਆਂ, ਜਾਂ ਜੋ ਡਰੱਗਸ ਨੂੰ ਉਹ ਫੜਦੇ ਨੇ ਉਹਨੂੰ ਕਿਵੇਂ ਸੀਜ਼ ਕਰਨਾ ਹੈ ਔਰ ਕਿਵੇਂ ਜਿਹੜੇ ਚਲਾਨ ਬਣਾਉਣ ਸਮੇਂ ਕੀ ਇੰਪੋਰਟੈਂਟ ਪੁਆਇੰਟਸ ਦਾ ਆਪਣੇ ਜ਼ਹਿਨ 'ਚ ਰੱਖਣਾ ਹੈ। ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਬਾਰੇ ਸਾਡੇ IGs STF ਦੇ ਉਹਨਾਂ ਨੇ ਆਪ ਕਲਾਸਿਸ ਲੈਣੀਆਂ ਨੇ ਜਾਂ ਸੈਸ਼ਨਸ ਲੈਣੇ ਨੇ ਕਿ ਇਨਵੈਸਟੀਗੇਸ਼ਨ ਦੀ ਕੀ ਐਮ ਗੱਲਾਂ ਹੈਗੀਆਂ ਨੇ ਜੋ ਕਿ ਉਹ ਫੋਲੋ ਕਰ ਸਕਦੇ ਨੇ ਤਾਂ ਕਿ ਉਹਨਾਂ ਦੇ ਕੇਸਿਸ ਵਿੱਚ ਐਕਵਿਟਲ ਨਾ ਹੋਵੇ। ਜਲੰਧਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ। ਅੰਮ੍ਰਿਤਸਰ ਵਿੱਚ ਪੁਲਿਸ ਨੇ ਇੱਕ ਅੰਤਰਰਾਜੀ ਕਾਰਗਰੋਹ ਨੂੰ ਕਾਬੂ ਕਰ ਲਿਆ। ਦੋਸ਼ੀਆਂ ਪਾਸੋਂ ਚੋਰੀ ਹੋਈਆਂ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ।
CIA ਸਟਾਫ ਅੰਮ੍ਰਿਤਸਰ ਵੱਲੋਂ ਇੱਕ ਅੰਤਰਰਾਜੀ ਚੋਰ ਗਰੋਹ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਦੋਸ਼ੀਆਂ ਕੋਲੋਂ 2 ਚੋਰੀ ਦੀਆਂ ਕਾਰਾਂ, ਉਹਨਾਂ ਦੇ ਅਸਲੀ ਅਤੇ ਜਾਅਲੀ ਦਸਤਾਵੇਜ਼ ਅਤੇ ਚੋਰੀ ਕਰਨ ਵਾਲੇ ਉਪਕਰਨ ਵੀ ਬਰਾਮਦ ਕੀਤੇ। DSP ਮੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਚੋਰ ਗਰੋਹ ਦੇ ਕੁਝ ਮੈਂਬਰ ਚੰਡੀਗੜ੍ਹ, ਗੰਗਾਨਗਰ, ਰੋਪੜ, ਜਲੰਧਰ ਅਤੇ ਅੰਮ੍ਰਿਤਸਰ ਦੇ ਕਈ ਹਿੱਸਿਆਂ ਵਿੱਚੋਂ ਕਾਰਾਂ ਚੋਰੀ ਕਰਨ ਮਗਰੋਂ ਉਹਨਾਂ ਦੇ ਨੰਬਰ ਬਦਲ ਕੇ ਅੱਗੇ ਵੇਚਣ ਦਾ ਕੰਮ ਕਰਦੇ ਸਨ। ਚੋਰੀ ਕੀਤੀਆਂ ਕਾਰਾਂ ਵੇਚਣ ਤੋਂ ਪਹਿਲਾਂ ਵੱਖ ਵੱਖ ਸੁਰੱਖਿਆ ਥਾਵਾਂ 'ਤੇ ਰੱਖੀਆਂ ਜਾਂਦੀਆਂ ਸਨ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਚੋਰ ਗਰੋਹ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਡੇ CIA ਸਟਾਫ ਦੀ ਇੱਕ ਪਾਰਟੀ ਨੇ ਢੀਂਗਰਾ ਹੋਸਪਿਟਲ ਦੇ ਕੋਲ ਨਾਕਾ ਲਗਾ ਕੇ ਇੱਕ ਚੰਡੀਗੜ੍ਹ ਨੰਬਰੀ ਕਾਰ ਦੇ ਵਿੱਚ ਮੁਖੌਰੀ ਦੇ ਉੱਪਰ 2 ਬੰਦਿਆਂ ਨੂੰ ਅਰੈਸਟ ਕੀਤਾ, ਗੁਰਵਿੰਦਰ ਸਿੰਘ ਅਤੇ ਇੰਦਰਜੀਤ ਸਿੰਘ। ਜੋ ਪੁੱਛਗਿੱਛ 'ਤੇ ਪਤਾ ਲੱਗਿਆ ਵੀ ਇਹ ਬੰਦਿਆਂ ਨੇ ਜਿਹੜੀ ਇਹ ਕਾਰ ਚੋਰੀ ਕੀਤੀ ਸੀਗੀ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸੋਨੂੰ ਨਰੂਲਾ ਦੀ ਰਿਪੋਰਟ। ਬਰਨਾਲਾ ਵਿੱਚ 2019-20 ਲਈ ਦੇਸੀ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕੀਤੀ ਗਈ। ਜ਼ਿਲ੍ਹੇ ਦੇ DC ਨੇ ਦੱਸਿਆ ਕਿ ਪਿਛਲੇ ਸੀਜ਼ਨ ਦੇ ਉਲਟ ਇਸ ਵਾਰ 13% ਵੱਧ ਰੈਵਨਿਊ ਇਕੱਠਾ ਹੋਣ ਦੀ ਉਮੀਦ ਹੈ। ਬਰਨਾਲਾ ਵਿੱਚ ਸ਼ਰਾਬ ਦੇ ਠੇਕਿਆਂ ਦੀ ਕੀਤੀ ਨਿਲਾਮੀ ਦੌਰਾਨ DC ਤੇਜ ਪ੍ਰਤਾਪ ਸਿੰਘ ਫੁਲਕਾ ਨੇ ਦੱਸਿਆ ਕਿ ਚਾਲੂ ਵਰ੍ਹੇ 2019-20 ਵਿੱਚ ਦੇਸੀ ਅੰਗਰੇਜ਼ੀ ਸ਼ਰਾਬ 'ਤੇ ਜ਼ਿਲ੍ਹੇ ਨੂੰ 95 ਕਰੋੜ ਰੁਪਏ ਰੈਵਨਿਊ ਇਕੱਠਾ ਹੋਣ ਦੀ ਸੰਭਾਵਨਾ ਹੈ। ਪਿਛਲੇ ਸੀਜ਼ਨ ਵਿੱਚ ਇਹ 83 ਕਰੋੜ ਸੀ, ਜਿਸ ਵਿੱਚ 13% ਦਾ ਵਾਧਾ ਹੋਵੇਗਾ। ਉਹਨਾਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਦੇਸੀ ਸ਼ਰਾਬ ਦਾ ਕੋਟਾ 10% ਵਧਾਇਆ ਗਿਆ ਹੈ, ਜਦੋਂ ਕਿ ਅੰਗਰੇਜ਼ੀ ਸ਼ਰਾਬ ਦਾ ਕੋਟਾ 23% ਵਧੇਗਾ। ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਜਸਕਰਨ ਸਿੰਘ ਬਰਾੜ ਨੇ ਦੱਸਿਆ ਕਿ ਇਸ ਵਾਰ ਠੇਕਿਆਂ ਦੀ ਨਿਲਾਮੀ ਲਈ 861 ਪਰਚੀਆਂ ਆਈਆਂ ਸਨ, ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਦੁੱਗਣੀਆਂ ਹਨ। ਰਫਲੀ 13% ਰੈਵਨਿਊ ਦਾ ਵਾਧਾ ਹੋਏਗਾ ਅਤੇ ਸਾਨੂੰ ਇਸ ਵਾਰ 861 ਪਰਚੀਆਂ ਐਪਲੀਕੇਸ਼ਨਸ ਆਈਆਂ, ਜਿਹੜੀਆਂ ਪਿਛਲੇ ਸਾਲ ਨਾਲੋਂ ਆਲਮੋਸਟ 100% ਤੋਂ ਵੱਧ ਹੈਗੀਆਂ। ਪਿਛਲੇ ਸਾਲ ਇਸ ਤੋਂ ਹਾਫ ਨਾਲੋਂ ਵੀ ਘੱਟ ਸੀਗੀਆਂ। ਸੋ ਇਸ ਕਰਕੇ ਲੱਗਦਾ ਹੈ ਕਿ ਇਹਨਾਂ ਨੂੰ ਫਾਇਦਾ ਹੋਇਆ ਹੋਵੇਗਾ, ਚੰਗੀ ਕਾਰਗੁਜ਼ਾਰੀ ਹੋਏਗੀ ਡਿਪਾਰਟਮੈਂਟ ਦੀ, ਇਸੇ ਕਰਕੇ ਲੋਕ ਜ਼ਿਆਦਾ ਚਾਹਵਾਨ ਹੈ ਲੈਣ ਨੂੰ। ਅਤੇ 17 ਗਰੁੱਪ ਨੇ ਸਾਡੇ, ਜਿਨ੍ਹਾਂ ਦੇ ਵਿੱਚੋਂ 6 ਗਰੁੱਪ ਜਿਹੜੇ ਸਾਡੇ ਹੈ ਉਹ ਸ਼ਹਿਰ ਦੇ ਨੇ, ਉਹ ਇਸ ਜ਼ੋਨ ਕੱਢ ਰਹੇ ਹਾਂ, ਬਾਕੀ ਸਿੰਗਲ ਗਰੁੱਪਸ ਨਿਕਲਣਗੇ। ਵੀ ਜੋ ਇੱਕ ਸਾਹਿਬ ਨੇ ਦੱਸਿਆ ਜੀ ਉਹ ਹੈਗਾ 95 ਕਰੋੜ ਦਾ ਹੈਗਾ ਜਿਹੜਾ ਆਪਣਾ ਟੀਚਰ ਲੱਗਿਆ ਇੱਥੇ, ਅਤੇ ਪਿਛਲੀ ਸਾਲ ਤੋਂ ਇਹ 12 ਕਰੋੜ ਵੱਧ ਹੈਗਾ। ਤੋ ਉਮੀਦ ਕਰਦੇ ਹਾਂ ਕਿ ਜੀ ਇਹਦੇ ਨਾਲ ਸਰਕਾਰ ਦੇ ਰੈਵਨਿਊ 'ਚ ਵੀ ਵਾਧਾ ਹੋਵੇਗਾ ਅਤੇ ਜੋ ਵੀ ਸਾਡੇ ਠੇਕੇ ਸਾਰਾ ਸਾਲ ਵਧੀਆ ਚੱਲਣਗੇ ਅਤੇ ਆਮਦਨ ਚੰਗੀ ਕਰਨਗੇ। ਕਿਸ ਤਰੀਕੇ ਨਾਲ ਅੱਜ ਬੋਲੀ ਕਰੇਗੀ ਜੀ? ਅੱਜ ਪੂਰੀ ਟਰਾਂਸਪੇਰੈਂਟ ਅਤੇ ਪਾਰਦਰਸ਼ੀ ਨਾਲ ਕਰਾਈ ਗਈ ਜੀ। ਸਾਹਮਣੇ ਜਿਹੜੇ ਡਰਾਅ ਕੱਢਿਆ ਗਿਆ, ਸਾਰੇ ਆਪਣੇ ਠੇਕੇਦਾਰ ਉੱਥੇ ਬੈਠੇ ਸੀਗੇ ਅਤੇ ਉਹਨਾਂ ਦੇ ਸਾਹਮਣੇ ਪੂਰੀ ਤਸੱਲੀ ਨਾਲ ਉਹਨਾਂ ਦਾ ਆਹ ਡਰਾਅ ਕੱਢਿਆ। ਬਰਨਾਲਾ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ। ਫਿਰੋਜ਼ਪੁਰ ਪੁਲਿਸ ਨੇ ਸ਼ਹਿਰ ਦੀਆਂ ਜਨਤਕ ਥਾਵਾਂ 'ਤੇ ਖੜ੍ਹੇ ਹੋਏ ਵਾਹਨ ਅਤੇ ਹੋਰ ਥਾਵਾਂ ਦੀ ਅਚਾਨਕ ਪੜਤਾਲ ਕੀਤੀ। ਪੁਲਿਸ ਦਾ ਕਹਿਣਾ ਸੀ ਕਿ ਸਰਹੱਦੀ ਇਲਾਕੇ ਹੋਣ ਕਾਰਨ ਇਹ ਜਾਂਚ ਜਾਰੀ ਹੈ। ਫਿਰੋਜ਼ਪੁਰ ਪੁਲਿਸ ਨੇ ਸ਼ਹਿਰ ਦੀਆਂ ਜਨਤਕ ਥਾਵਾਂ 'ਤੇ ਖੜ੍ਹੇ ਵਾਹਨਾਂ ਦੀ ਡੌਗ ਸਕੁਐਡ ਦੀ ਮਦਦ ਨਾਲ ਅਚਨਚੇਤ ਜਾਂਚ ਕੀਤੀ। ਇਸ ਮੌਕੇ ਬਗੈਰ ਨੰਬਰਾਂ ਤੋਂ ਖੜ੍ਹੇ ਵਾਹਨਾਂ ਦੇ ਮਾਲਕਾਂ ਵਿਰੁੱਧ ਵੀ ਕਾਰਵਾਈ ਅਮਲੀ ਰੂਪ ਵਿੱਚ ਲਿਆਂਦੀ। SPH ਮਨਿੰਦਰ ਸਿੰਘ ਨੇ ਦੱਸਿਆ ਕਿ ਸਰਹੱਦੀ ਇਲਾਕੇ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਚੌਕਸੀ ਰੱਖ ਰਿਹਾ ਹੈ। ਉਹਨਾਂ ਕਿਹਾ ਕਿ ਚੋਣਾਂ ਦੇ ਚੱਲਦਿਆਂ ਸੁਰੱਖਿਆ, ਅਮਨ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਦੇ ਮਕਸਦ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਲੋਕ ਸਭਾ ਚੋਣਾਂ ਦੇ ਦੌਰਾਨ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਹ ਜਿਹੜੀ ਆ ਚੈਕਿੰਗ ਹੋ ਰਹੀ ਹੈ, ਔਰ ਇਹ ਰਿਪੀਟਲੀ ਹੋ ਰਹੀ ਸੀ ਔਰ ਇਹ ਹੁੰਦੀ ਰਹੇਗੀ। ਇੱਕ
ਖਾਸ ਕੀ ਹੈ ਜੀ ਚੈਕਿੰਗ ਦੇ ਵਿੱਚ, ਜਿਵੇਂ ਗੱਡੀਆਂ ਨੂੰ ਚੈੱਕ ਕੀਤਾ ਜਾਂ ਕੋਈ ਹੋਰ ਕੋਈ ਸ਼ੱਕ ਸੀਗਾ ਕੋਈ? ਨਹੀਂ, ਕੋਈ ਸ਼ੱਕ ਨਹੀਂ ਸੀ, ਕੰਟੀਨਿਊਸਲੀ ਸਾਡੀ ਜਿਹੜੀ ਚੈਕਿੰਗ ਆ ਰੋਜ਼ ਚੱਲਦੀ ਹੈ। ਅੱਛਾ, ਅਸੀਂ ਇਸ ਬਾਜ਼ਾਰ ਦੇ ਵਿੱਚ ਕੀਤੀ ਹੈਗੀ ਆ, ਇਸ ਕਰਕੇ ਥੋੜ੍ਹਾ ਜਿਹਾ ਇਹ ਬਾਜ਼ਾਰ ਕਰਕੇ ਥੋੜ੍ਹਾ ਜਿਹਾ ਜ਼ਿਆਦਾ ਥੋੜ੍ਹਾ ਲੋਕਾਂ ਨੂੰ ਹੋ ਰਿਹਾ ਇਹ ਮਹਿਸੂਸ, ਲੇਕਿਨ ਇਹ ਜਿਹੜਾ ਚੈਕਿੰਗ ਆ ਇਹ ਲੋਕਾਂ ਦੀ ਬਿਹਤਰੀ ਵਾਸਤੇ ਔਰ ਸੁਰੱਖਿਆ ਵਾਸਤੇ ਕੀਤੀ ਆ। ਸਰ, ਫਿਰੋਜ਼ਪੁਰ ਇੱਕ ਸਰਹੱਦੀ ਇਲਾਕਾ ਹੈਗਾ, ਸਰਹੱਦੀ ਇਲਾਕੇ ਦੇ ਵਿੱਚ ਪੱਕੇ ਨਾਕੇ ਵੀ ਲਗਾਏ ਗਏ ਆ ਮੋਰ ਜਿਹੜੀ ਪੁਲਿਸ ਦੇ ਵੱਲੋਂ? ਬਿਲਕੁਲ, ਸਰਹੱਦੀ ਨਾਕੇ ਕਰਕੇ ਸੈਕਿੰਡ ਲਾਈਨ ਆਫ ਡਿਫੈਂਸ ਸਿਟੀ ਸੀਲਿੰਗ ਹੋਈ ਆ, ਫਿਰੋਜ਼ਪੁਰ ਸਾਰੀ ਡਿਸਟ੍ਰਿਕਟ ਸੀਲ ਹੋਇਆ ਹੈ, ਔਰ ਜਿੱਥੋਂ ਤੱਕ ਹੋ ਸਕਿਆ ਸਪੈਸ਼ਲ ਨਾਕਾਬੰਦੀ ਚੱਲ ਰਹੀ ਆ, ਤਾਂ ਆਲ SHO GOs ਜੋ ਨੇ ਉਹ ਇਹਨਾਂ ਦੀ ਨਾਕਿਆਂ 'ਤੇ ਲੱਗੇ ਹੋਏ ਨੇ ਜਾਂ ਰਹਿਨੁਮਾਈ ਕਰ ਰਹੇ ਨੇ। ਫਿਰੋਜ਼ਪੁਰ ਤੋਂ ਜਗਦੀਸ਼ ਕੁਮਾਰ ਦੀ ਰਿਪੋਰਟ। ਫਿਲਹਾਲ ਦੇ ਲਈ ਇੰਨਾ ਹੀ, ਤਾਜ਼ਾ ਤਰੀਨ ਜਾਣਕਾਰੀ ਦੇ ਲਈ ਜੁੜੇ ਰਹੋ CC ਨਵਾਜ਼ ਦੇ ਨਾਲ, ਅਤੇ ਜੇਕਰ ਤੁਸੀਂ ਵੀ ਸਾਡਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਥੱਲੜੇ ਨੰਬਰਾਂ 'ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਅਗਲੇਰੀ ਜਾਣਕਾਰੀ ਤੱਕ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।